ਐਡਵੋਕੇਟ ਰਾਜਦੀਪ ਸਿੰਘ ਖਾਲਸਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਰਦਾਰ ਸਾਹਿਬ ਹਰਪ੍ਰੀਤ ਸਿੰਘ ਮਖੂ ਬੇਨਤੀ ਕਰ ਰਿਹਾ, ਚੜ੍ਹਦੀ ਕਲਾ ਚੋ। ਹਾਂਜੀ ਹਾਂਜੀ, ਚੜ੍ਹਦੀ ਤਾਂ ਪਾਤਸ਼ਾਹ ਦੀ ਮਿਹਰ ਹੈ, ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੀ ਜੀ। ਚੜ੍ਹਦੀ ਕਲਾ ਚ ਖਾਲਸਾ ਜੀ ਇੱਕ ਜਾਣਕਾਰੀ ਦਿਓ, ਪਿਛਲੇ ਦਿਨਾਂ ਦੇ ਵਿੱਚ ਇੱਕ ਸਵਾਲ ਉੱਠਿਆ ਸੀ ਕਿਉਂਕਿ ਤੁਸੀਂ ਕਿਤੇ ਵੇਰਵਾ ਪਾਇਆ ਸੀ ਕਿ ਮੈਂ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੇ ਨਾਲ ਸੀ ਉਸ ਸਮੇਂ ਜਦੋਂ ਦਰਬਾਰ ਸਾਹਿਬ ਤੇ ਅਟੈਕ ਹੋਇਆ, ਤੇ ਤੁਸੀਂ ਕਿਹਾ ਵੀ ਮੈਨੂੰ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੇ ਉੱਥੋਂ ਵਿਦਾ ਕੀਤਾ ਵੀ ਸਰਦਾਰ ਰਾਜਦੀਪ ਸਿੰਘ ਖਾਲਸਾ ਜੀ ਤੁਸੀਂ ਜਾਓ, ਮੈਂ ਚਾਹਾਂਗਾ ਵੀ ਉੱਥੋਂ ਤੁਹਾਨੂੰ ਭੇਜਣ ਦਾ ਕੀ ਕਾਰਨ ਸੀ, ਔਰ ਮੈਨੂੰ ਇੱਥੋਂ ਤੱਕ ਵੀ ਪਤਾ ਲੱਗਿਆ ਵੀ ਤੁਹਾਡੀ ਕੋਈ ਡਿਊਟੀ ਲਾਈ ਗਈ ਸੀ, ਉਸ ਗੱਲ ਦੇ ਵਿੱਚ ਕਿੰਨੀ ਕੁ ਸੱਚਾਈ ਹੈ, ਮੈਂ ਚਾਹਾਂਗਾ ਵੀ ਤੱਥਾਂ ਦੇ ਆਧਾਰ ਤੋਂ ਗੱਲ ਸਾਨੂੰ ਦੱਸੀ ਜਾਵੇ। ਦੇਖੋ ਜੀ, ਗੱਲ 2 ਜੂਨ 1984 ਦੀ ਹੈ। ਮੈਂ ਬਰਨਾਲੇ ਆਪਦੀ ਰਿਹਾਇਸ਼ ਤੇ ਮੌਜੂਦ ਸੀ ਜੀ, ਤਾਂ ਇੱਕ ਸੰਗਰੂਰ ਜਿਹੜਾ ਸੀ ਉਹ ਹਰਵੰਸ਼ ਸਿੰਘ ਗਰੇਵਾਲ ਹੁੰਦੇ ਸੀ, ਉਹਨਾਂ ਦੀ ਗਰੇਵਾਲ ਟਰਾਂਸਪੋਰਟ ਸੀ ਜੀ, ਤੇ ਉਹਨਾਂ ਦਾ ਇੱਕ ਲੜਕਾ ਹੁੰਦਾ ਸੀ ਵਿੱਕੀ ਗਰੇਵਾਲ, ਇੱਕੋ ਲੜਕਾ ਸੀ ਉਹਨਾਂ ਦੀ, ਉਹ ਵਿੱਕੀ ਗਰੇਵਾਲ ਸੀ। ਤੇ ਉਸ ਜਮਾਨੇ ਦੇ ਵਿੱਚ ਜਿਹੜਾ ਸੀ 84 ਦੀ ਗੱਲ ਹੈ, ਮੋਬਾਈਲ ਫੋਨ ਨਹੀਂ ਹੁੰਦੇ ਸੀ, ਤੇ ਉਸ ਸਮੇਂ ਲੈਂਡਲਾਈਨ ਸੀ, ਤੇ ਲੈਂਡਲਾਈਨ ਵੀ ਜਿਹੜੇ ਸੀ ਜਿਸ ਤਰ੍ਹਾਂ ਬਰਨਾਲੇ ਸੀ, ਬਰਨਾਲੇ ਐਸ ਟੀ ਡੀ ਨਹੀਂ ਹੁੰਦੀ ਸੀ, ਸੰਗਰੂਰ ਐਸ ਟੀ ਡੀ ਸੀਗੀ, ਉੱਥੇ ਸੰਗਰੂਰ ਜ਼ਿਲ੍ਹਾ ਹੈਡਕੁਆਟਰ ਸੀਗਾ, ਇਸ ਲਈ ਉੱਥੇ ਐਸ ਟੀ ਡੀ ਸੀ, ਬਰਨਾਲੇ ਨਹੀਂ ਸੀ ਜੀ। ਤੇ ਮੈਨੂੰ ਟੈਲੀਫੋਨ ਆਇਆ ਵਿੱਕੀ ਗਰੇਵਾਲ ਦਾ, ਬਈ ਜਿਹੜੇ ਸੁਸ਼ੀਲ ਮੁਨੀ ਨੇ ਦਿੱਲੀ ਦੇ ਵਿੱਚ ਇੱਕ ਬੜੇ ਮਸ਼ਹੂਰ ਜੈਨ ਮੁਨੀ ਸੀ, ਉਹਨਾਂ ਦਾ ਨਾਂ ਸੁਸ਼ੀਲ ਮੁਨੀ ਸੀ ਜੀ, ਤੇ ਉਹ ਪ੍ਰਧਾਨ ਮੰਤਰੀ ਦੇ ਹੋਰਾਂ ਦੇ ਬਹੁਤ ਨੇੜੇ ਹੁੰਦੇ ਸੀਗੇ, ਤੇ ਉਹ ਜਿਹੜਾ ਸੀ ਇੱਕ ਸਿਆਸੀ ਤੌਰ ਤੇ ਉਹਨਾਂ ਦੀ ਜਿਹੜੀ ਸੀ ਉਹ ਬੜੀ ਪ੍ਰਭਾਵਸ਼ਾਲੀ ਸ਼ਖਸੀਅਤ ਸੀ, ਤੇ ਮੇਰੇ ਉਹ ਜਾਣਨ ਵਾਲੇ ਸੀ ਜੀ। ਉਹਨੇ ਕਿਹਾ ਵਿੱਕੀ ਗਰੇਵਾਲ ਨੇ ਕਿ ਸੁਸ਼ੀਲ ਮੁਨੀ ਜੀ ਦਾ ਫੋਨ ਆਇਆ, ਤੁਹਾਡੇ ਨਾਲ ਉਹ ਗੱਲ ਨਹੀਂ ਕਰ ਸਕਦੇ ਕਿਉਂਕਿ ਐਸ ਟੀ ਡੀ ਨਹੀਂ ਹੈ ਬਰਨਾਲੇ ਜੀ, ਤੇ ਮੈਂ ਕਾਰ ਲੈ ਕੇ ਆ ਰਿਹਾ, ਤੇ ਤੁਹਾਨੂੰ ਮੈਂ ਸੰਗਰੂਰ ਤੋਂ ਬਰਨਾਲੇ ਤੋਂ ਸੰਗਰੂਰ ਲੈ ਕੇ ਜਾਊਂ, ਤੇ ਤੁਸੀਂ ਮੇਰੇ ਰੈਜੀਡੈਂਸ ਤੇ ਆ ਕੇ ਤੇ ਉਹਨਾਂ ਨਾਲ ਗੱਲ ਕਰਨੀ ਹੈ ਜੀ। ਮੈਂ ਤਿਆਰ ਹੋ ਗਿਆ, ਤੇ ਉਹ ਘੰਟੇ ਬਾਅਦ ਕਾਰ ਲੈ ਕੇ ਮੇਰੇ ਕੋਲ ਆ ਗਿਆ। ਉਸ ਕਾਰ ਤੇ ਅਸੀਂ ਘੰਟੇ ਚ, ਹੁਣ ਤਾਂ ਜਿਹੜਾ ਹੈਗਾ ਉੱਥੇ 30-35 ਮਿੰਟਾਂ ਚ ਪਹੁੰਚ ਜਾਂਦੇ ਸੰਗਰੂਰ, ਉਹਨੂੰ ਘੰਟਾ ਲੱਗ ਜਾਂਦਾ ਸੀ ਜੀ। ਛੋਟੀ ਗੱਲ ਕਰਿਆ ਜੀ ਪਲੀਜ਼। ਹਾਂਜੀ ਹਾਂਜੀ, ਉਹ ਤਾਂ ਉੱਥੇ ਜਿਹੜਾ ਹੈ ਉੱਥੇ ਪਹੁੰਚ ਗਏ। ਉਹ ਜੈਨ ਮੁਨੀ ਨੇ ਮੈਨੂੰ ਕਿਹਾ ਵੀ ਕੱਲ ਨੂੰ ਦਰਬਾਰ ਸਾਹਿਬ ਤੇ ਹਮਲਾ ਹੋ ਜਾਣਾ। ਅੱਛਾ, ਉਹ ਜੈਨ ਮੁਨੀ ਨੇ ਤੁਹਾਨੂੰ ਕਿਹਾ? ਹਾਂ, ਜੈਨ ਮੁਨੀ ਨੇ ਕਿਹਾ। ਮੈਂ ਤੁਹਾਨੂੰ ਉਹੀ ਗੱਲ ਦੱਸਣ ਲੱਗਿਆ ਨਾ ਵੀ ਤੈਨੂੰ ਨੂੰ ਮੈਂ ਕਿਵੇਂ ਦਰਬਾਰ ਸਾਹਿਬ ਸੀ ਤੇ ਕਿਵੇਂ ਹੁਕਮ ਮਿਲਿਆ ਮੈਨੂੰ ਜੀ। ਉਹ ਕਹਿੰਦੇ ਵੀ ਜਿਹੜਾ ਕੱਲ ਨੂੰ ਦਰਬਾਰ ਸਾਹਿਬ ਤੇ ਹਮਲਾ ਹੋ ਜਾਣਾ ਹੈ ਸ਼ਾਮ ਨੂੰ ਜਾਂ ਰਾਤ ਨੂੰ, ਤੇ ਤੁਸੀਂ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਨੂੰ ਮਿਲੋ। ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਨਾਲ ਮੇਰੀ ਬਹੁਤ ਨੇੜਤਾ ਸੀ, ਪਹਿਲਾਂ ਹੀ ਨੇੜਤਾ ਸੀ। ਅੱਛਾ ਜੀ। ਤੇ ਜਦੋਂ ਟਕਸਾਲ ਮੁਖੀ ਬਣੇ ਸੀ 1971 ਦੇ ਵਿੱਚ, ਸੰਤ ਕਰਤਾਰ ਸਿੰਘ ਭਿੰਡਰਾਂ ਵਾਲੇ ਦਾ ਚਲਾਣਾ ਹੋ ਗਿਆ ਸੀ ਐਕਸੀਡੈਂਟ ਦੇ ਪਿੱਛੋਂ, ਤੇ ਉਸ ਸਮੇਂ ਤੋਂ ਮੇਰੀ ਉਹਨਾਂ ਨਾਲ ਜਾਣ ਪਛਾਣ ਵੀ ਸੀ ਤੇ ਨੇੜਤਾ ਵੀ ਸੀ ਜੀ। ਤੇ ਹਾਂ, ਉਹ ਦਰਬਾਰ ਸਾਹਿਬ ਵੇਲੇ ਨਹੀਂ ਹੋਈ, ਪਹਿਲਾਂ ਵੀ ਸੀ। ਮੈਂ ਉਦੋਂ ਵੀ ਐਡਵੋਕੇਟ ਹੁੰਦਾ ਸੀ, 77 ਚ ਵੀ ਐਡਵੋਕੇਟ ਸੀ, 84 ਚ ਵੀ ਐਡਵੋਕੇਟ ਸੀ ਜੀ। ਤੇ ਮੈਂ ਉਹਨਾਂ ਨੇ ਕਿਹਾ ਉਹਨਾਂ ਨੂੰ ਮਿਲੋ, ਉਹਨਾਂ ਨੂੰ ਕਹੋ ਵੀ ਆਪਣੇ ਕੋਲ ਸਾਧਨ ਹੈਗਾ, ਗੱਲਬਾਤ ਰਾਹੀਂ ਆਪਾਂ ਹੱਲ ਕਰ ਲਾਂਗੇ, ਤੇ ਤੁਸੀਂ ਗੱਲਬਾਤ ਲਈ ਜਿਹੜਾ ਹੈਗਾ ਮਨਜ਼ੂਰੀ ਦੇ ਦਿਓ, ਤੇ ਫਿਰ ਮੈਂ ਮੇਰਾ ਕੰਮ ਹੈ ਕਿ ਮੈਂ ਜਿਹੜਾ ਹਮਲਾ ਉਹ ਆਪੇ ਰੋਕ ਲੂੰਗਾ। ਅੱਛਾ, ਉਹਨੇ ਗੱਲ ਕਹੀ ਹੈ?
ਤਾਂ ਇਹ ਗੱਲ ਮੈਨੂੰ ਸੁਸ਼ੀਲ ਮੁਨੀ ਨੇ ਕਹੀ। ਤੇ ਤੁਸੀਂ ਕੀ ਕਹਿੰਦੇ ਹੁੰਦੇ ਨੇ ਫਿਰ ਅੰਮ੍ਰਿਤਸਰ ਜਾਓ, ਮੈਂ ਕਿਹਾ ਜੀ ਹੁਣ ਕੋਈ ਇੰਤਜ਼ਾਮ ਨਹੀਂ ਹੈ ਅੰਮ੍ਰਿਤਸਰ ਜਾਣ ਦਾ, ਹੁਣ ਟਾਈਮ ਹੋ ਗਿਆ, ਮੈਂ ਸਵੇਰੇ ਪਹਿਲੀ ਬੱਸ ਮੋਗੇ ਦੀ ਫੜੂੰਗਾ ਤੇ ਸਾਡੀ ਸਿੱਧੀ ਬੱਸ ਜਾਂਦੀ ਹੈ ਮੋਗੇ ਦੀ ਤੇ ਮੋਗੇ ਤੋਂ ਫਿਰ ਮੈਂ ਅੰਮ੍ਰਿਤਸਰ ਜਾਊਂਗਾ, ਕਿਉਂਕਿ ਕਾਰਾਂ ਜਿਹੜੀਆਂ ਸੀ ਉਸ ਸਮੇਂ ਉੱਥੇ ਪਾਰਕਿੰਗ ਹੁੰਦੀ ਜਿਹੜੀ ਸੀ ਉੱਥੇ ਰੌਲਾ ਰੱਪਾ ਸੀ ਪੁਲਿਸ ਦਾ, ਸੀ ਆਰ ਪੀ ਐਫ ਦਾ ਤੇ ਹੋਰਾਂ ਦਾ, ਉਹ ਤਾਰਾਂ ਤੂਰਾਂ ਭੰਨਣ ਲੱਗ ਜਾਂਦੇ ਸੀ, ਉੱਥੇ ਪਾਰਕਿੰਗ ਹੋਣ ਨਹੀਂ ਦਿੰਦੇ ਸੀ। ਤੇ ਉਹ ਕਹਿੰਦੇ ਠੀਕ ਹੈ, ਮੈਂ ਸਵੇਰੇ ਜੀ 5 ਵਜੇ ਇੱਕ ਬੱਸ ਚੱਲਦੀ ਸੀ ਮੋਗੇ ਨੂੰ, ਮੈਂ 5 ਵਜੇ ਵਾਲੀ ਬੱਸ ਫੜੀ ਤੇ ਉੱਥੇ ਮੋਗੇ ਪਹੁੰਚ ਗਿਆ ਤੇ ਮੋਗੇ ਤੋਂ ਜਿਹੜੀ ਸੀ ਜੀ ਉਹ ਬੱਸ ਜਿਹੜੀ ਹੈ ਉਹ ਥੋੜੀ ਜਿਹੀ ਲੇਟ ਹੋ ਗਈ, ਰਸਤੇ ਖਰਾਬ ਹੋ ਗਈ ਤੇ ਮੈਂ 10 ਵਜੇ ਜਿਹੜਾ ਸੀ ਘੰਟਾ ਘਰ ਵਾਲੇ ਪਾਸਿਓਂ ਦਰਬਾਰ ਸਾਹਿਬ ਪਹੁੰਚ ਗਿਆ ਜੀ। ਤੇ ਅਕਾਲ ਤਖ਼ਤ ਸਾਹਿਬ, ਮੈਂ ਅਕਾਲ ਤਖ਼ਤ ਸਾਹਿਬ ਪਹੁੰਚ ਗਿਆ ਤੇ ਉੱਥੇ ਸੰਤ ਜਰਨੈਲ ਸਿੰਘ ਪਿੰਡਰਾਂਵਾਲਿਆਂ ਨੂੰ ਮਿਲੇ ਤੇ ਉਹਨਾਂ ਨੂੰ ਮੈਂ ਸਾਰੀ ਗੱਲ ਦੱਸੀ ਤੇ ਉਹ ਕਹਿੰਦੇ ਵੀ ਭਾਈ ਉਹਦੀ ਉਹਨਾਂ ਨੇ ਨਾਲ ਦੀ ਨਾਲ ਕਿਹਾ ਆਪਣੇ ਸਿੰਘ ਨੂੰ ਤੇ ਅਮਰੀਤ ਸਿੰਘ ਨੂੰ ਤੇ ਜਨਰਲ ਸੁਵੇਦ ਸਿੰਘ ਨੂੰ ਬੁਲਾਓ। ਇਹ ਉਹ ਥੋੜੇ ਚਿਰ ਬਾਅਦ ਭਾਈ ਅਮਰੀਤ ਸਿੰਘ ਤੇ ਮੇਜਰ ਜਨਰਲ ਸੁਵੇਦ ਸਿੰਘ ਜਿਹੜੇ ਸੀ ਉੱਥੇ ਆ ਗਏ। ਉਹ ਕਹਿਣ ਲੱਗੇ ਉਹ ਮੈਨੂੰ ਸਰਦਾਰ ਸਾਹਿਬ ਕਹਿ ਕੇ ਸੰਬੋਧਨ ਕਰਦੇ ਸੀ ਸੰਤ ਜਰਨੈਲ ਸਿੰਘ, ਉਹ ਕਹਿੰਦੇ ਸਰਦਾਰ ਸਾਹਿਬ ਗੱਲ ਇਹ ਹੈ ਅਰਜਨ ਦੇਵ ਸਰਦਾਰ ਸਾਹਿਬ ਜਿਹੜਾ ਇੱਕ ਸੰਦੇਸ਼ ਲੈ ਕੇ ਆਏ ਆ ਤੇ ਉਹ ਧਿਆਨ ਨਾਲ ਸੁਣੋ। ਅੱਛਾ, ਤੇ ਉਹੀ ਸੰਦੇਸ਼ ਜਿਹੜਾ ਮੈਂ ਸੰਤ ਜੀ ਨੂੰ ਦਿੱਤਾ ਸੀ ਉਹੀ ਸੰਦੇਸ਼ ਮੈਂ ਉਹਨਾਂ ਨੂੰ ਦਰਹਾਤਾ ਵੀ ਮੈਨੂੰ ਸੁਸ਼ੀਲ ਮੁਨੀ ਨੇ ਦੱਸਿਆ ਇਸ ਤਰ੍ਹਾਂ ਗੱਲਬਾਤ ਹੋਈ ਸੀ, ਗਰੇਵਾਲ ਦਾ ਮੁੰਡਾ ਵਿੱਕੀ ਗਰੇਵਾਲ ਹਰਵੰਤ ਸਿੰਘ ਗਰੇਵਾਲ ਦਾ ਉਹ ਮੈਨੂੰ ਲੈ ਗਏ ਸੰਗਰੂਰ ਆ ਗੱਲਬਾਤ ਹੋਈ ਜੀ। ਤੇ ਉਹ ਕਹਿਣ ਲੱਗੇ ਵੀ ਮੈਂ ਕਿਹਾ ਜੀ ਉਹ ਕਹਿੰਦੇ ਤੁਹਾਡਾ ਕੀ ਵਿਚਾਰ ਹੈ, ਸੰਤ ਕਹਿਣ ਲੱਗੇ ਤੁਹਾਡਾ ਕੀ ਵਿਚਾਰ ਹੈ। ਮੈਂ ਨਹੀਂ, ਤੁਸੀਂ ਇਹ ਜਿਹੜੀ ਸਾਰੀ ਗੱਲ ਹੈ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਨੂੰ ਦੱਸੀ? ਹਾਂਜੀ ਹਾਂ, ਸਾਰੀ ਗੱਲ ਦੱਸੀ ਨਾ ਜੀ ਮੈਂ। ਪਰ ਸਵਾਲ ਇੱਕ ਮੇਰੇ ਮਨ ਦੇ ਵਿੱਚ ਇੱਕ ਸਵਾਲ ਆ ਰਿਹਾ, ਜਿਵੇਂ ਤੁਸੀਂ ਇੱਕ ਜ਼ਿਕਰ ਕਰ ਰਹੇ ਹੋ ਵੀ 3 ਜੂਨ ਨੂੰ ਤੁਸੀਂ ਅਪੜੇ ਦਰਬਾਰ ਸਾਹਿਬ 1984 ਨੂੰ, ਤੇ 2 ਜੂਨ 1984 ਨੂੰ ਤੁਹਾਨੂੰ ਸੁਸ਼ੀਲ ਮੁਨੀ ਨੇ ਸੁਨੇਹਾ ਦਿੱਤਾ ਵੀ ਦਰਬਾਰ ਸਾਹਿਬ ਤੇ ਅਟੈਕ ਹੋਣ ਵਾਲਾ, ਤੁਸੀਂ ਸੰਤ ਗਿਆਨੀ ਜਰਨੈਲ ਸਿੰਘ ਨਾਲ ਗੱਲ ਕਰੋ ਤੇ ਮੈਂ ਸਰਕਾਰ ਨਾਲ ਗੱਲ ਕਰਦਾ, ਆਪਾਂ ਰੋਕ ਸਕਦੇ ਹਾਂ। ਹਾਂਜੀ, ਮੰਨ ਲਓ, ਪਰ 1 ਤਰੀਕ ਨੂੰ ਤਾਂ ਦਰਬਾਰ ਸਾਹਿਬ ਤੇ ਗੋਲੀ ਚੱਲ ਗਈ ਸੀ, ਭਾਈ ਮਹਿੰਗਾ ਸਿੰਘ ਬੱਬਰ ਸ਼ਹੀਦ ਹੋ ਗਏ ਸਨ। ਨਹੀਂ ਜੀ, ਉਹ ਤਾਂ ਪਹਿਲਾਂ ਚੱਲੀ ਸੀ ਨਾ ਜੀ ਉਹ ਗੋਲੀ, ਤਾਂ ਜਿਹੜੀ ਇੱਕ ਗੋਲੀ ਦੇ ਸੀ ਅਟੈਕ ਨਹੀਂ ਹੋਇਆ ਸੀ। ਹਾਂ, ਉਹ ਗੋਲੀ ਤਾਂ ਪਹਿਲਾਂ ਵੀ ਚੱਲ ਗਈ ਸੀ ਜੀ 1 ਜੂਨ ਤੋਂ ਪਹਿਲਾਂ ਵੀ ਗੋਲੀਆਂ ਤਾਂ ਚੱਲਦੀਆਂ ਰਹਿੰਦੀਆਂ ਸੀ। ਅੱਛਾ ਜੀ, ਹਾਂ ਉਹ ਗੋਲਾਬਾਰੀ ਤੇ ਸ਼ੁਰੂ ਹੋਈ ਸੀ, ਜਿਹੜਾ ਅਟੈਕ ਆ ਉਹ 3 ਜੂਨ ਨੂੰ ਰਾਤ ਨੂੰ ਹੋਇਆ ਜੀ, ਜਿਹੜਾ ਅਸਲ ਅਟੈਕ ਹੋਇਆ ਨਾ ਜੀ ਉਹ 3 ਜੂਨ ਨੂੰ ਹੋਇਆ ਉਹ। ਤੇ ਹਾਂ, ਉਹ ਜਿਹੜਾ ਮਹਿੰਗਾ ਸਿੰਘ ਬਬਰ ਦੀ ਸ਼ਹੀਦੀ ਸੀ ਉਹ ਜਿਹੜਾ ਟੈਂਕੀ ਉੱਤੇ ਖੜਾ ਸੀ ਉਸ ਤੋਂ ਪਹਿਲਾਂ ਦੀ ਗੱਲ ਆ, ਉਹ ਇੱਕ ਜਿਹੜਾ ਸੀ ਆਮ ਜਿਹੜੀ ਰੁਟੀਨ ਚ ਗੋਲੀ ਚੱਲਦੀ ਰਹਿੰਦੀ ਸੀ ਜੀ। ਉਹ ਕਈ ਵਾਰੀ ਕਹਿੰਦੇ ਸੀ ਵੀ ਸਾਡਾ ਇੱਧਰੋਂ ਹੋ ਗਿਆ, ਤਾਂ ਹੁਣ ਸਰਬਜੀਤ ਸਿੰਘ ਵਿਰਕ ਤੇ ਵੀ ਚੱਲ ਗਈ ਸੀ ਜਿਹੜਾ ਪਿੱਛੋਂ ਡੀਜੇਪੀ ਬਣਿਆ ਆਪਣਾ, ਤੇ ਉਹਦੇ ਵੀ ਜਵਾੜੇ ਤੇ ਲੱਗੀ ਸੀ ਮਾਈ ਸੇਵਾ ਬਾਜ਼ਾਰ ਚ ਨੀ, ਉਹ ਜਿਹੜੀ ਕੰਧ ਕੱਢਦੇ ਸੀ, ਇਹ ਗੱਲਾਂ ਤਾਂ ਉੱਥੇ ਹੁੰਦੀਆਂ ਰਹਿੰਦੀਆਂ ਸੀ ਜੀ ਜੀ। ਮੇਰਾ ਵਿਚਾਰ ਤਾਂ ਇਹ ਹੈ ਵੀ ਇੱਥੇ ਜਿਹੜੀ ਹੈ ਉਹਦੀ ਸ਼ਹੀਦੀਆਂ ਹੋਣਗੀਆਂ ਤੇ ਸਿੱਖ ਕੌਮ ਦਾ ਬੜਾ ਨੁਕਸਾਨ ਹੋਊਗਾ। ਜੇ ਆਪਾਂ ਬਿਨਾਂ ਲੜਾਈ ਤੋਂ ਆਪਣੀ ਲੱਤ ਉੱਤੇ ਰਹਿ ਜਾਂਦੀਏ ਤਾਂ ਬਹੁਤ ਵਧੀਆ ਚੀਜ਼ ਹੈ। ਓਕੇ, ਮੈਂ ਗੱਲ ਉਹਨਾਂ ਨੂੰ ਇਹ ਕਹੀ, ਪਰ ਮੈਂ ਜਿਹੜਾ ਹੈਗਾ ਉਹ ਫੈਸਲਾ ਜਿਹੜਾ ਹੈ ਨਾ ਉਹ ਫੈਸਲਾ ਤੁਸੀਂ ਲੈਣਾ, ਤੁਸੀਂ ਇਤਿਹਾਸ ਨੂੰ ਵੀ ਦੇਖਣਾ, ਤੁਸੀਂ ਇਤਿਹਾਸਕ ਪੱਖ ਵੀ ਦੇਖਣਾ। ਉਹ ਮੇਰੀ ਜਿਹੜੀ ਸਲਾਹ ਹੈ
ਉਹ ਤਾਂ ਇੱਕ ਜਿਹੜੀ ਆ ਬਹੁਤ ਛੋਟੀ ਜਿਹੀ ਸਲਾਹ ਹੈ ਤੇ ਤੁਸੀਂ ਇਤਿਹਾਸ ਦੇ ਨਾਲ ਸਿਰਜਣਾ ਤੇ ਫੈਸਲਾ ਤੁਸੀਂ ਆਪਦਾ ਲਓ। ਤੇ ਉਹਨਾਂ ਨੇ ਮੈਨੂੰ ਬਾਂਹ ਫੜ ਕੇ ਬਿਠਾ ਲਿਆ। ਉਹਨਾਂ ਨੇ ਕਿਹਾ ਕਿ ਜਥੇਦਾਰ ਕਿਰਪਾਲ ਸਿੰਘ ਨੂੰ ਬੁਲਾਓ, ਜਿਹੜੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸੀ ਜੀ। ਥੋੜੀ ਦੇਰ ਚ ਜਥੇਦਾਰ ਸਾਹਿਬ ਕਿਰਪਾਲ ਸਿੰਘ ਜੀ ਵੀ ਉਹ ਵੀ ਆ ਗਏ ਉੱਥੇ। ਤੇ ਉਹ ਕਹਿੰਦੇ ਜੀ ਇਹ ਮਤਲਬ ਇੱਕ ਅਜਿਹਾ ਸੰਦੇਸ਼ ਲੈ ਕੇ ਆਏ ਨੇ, ਆਹ ਗੱਲ ਹੈ ਤੇ ਦੱਸੋ ਤੁਹਾਡਾ ਕੀ ਵਿਚਾਰ ਹੈ। ਤੇ ਜਥੇਦਾਰ ਕਿਰਪਾਲ ਸਿੰਘ ਕਹਿੰਦੇ ਜੀ ਮੈਂ ਨਾ ਵਿਚਾਰ ਦੇਵਾਂ, ਨਾ ਕੋਈ ਹੁਕਮਨਾਮਾ ਦੇਵਾਂ, ਨਾ ਤੁਹਾਡੇ ਇਸ ਗੱਲ ਦੇ ਵਿੱਚ ਆਵਾਂ, ਤੁਸੀਂ ਫੈਸਲਾ ਕਰੋ। ਠੀਕ ਹੈ। ਉਹ ਜਥੇਦਾਰ ਕਿਰਪਾਲ ਸਿੰਘ ਉੱਠ ਕੇ ਚਲੇ ਗਏ। ਉਹ ਮੈਨੂੰ ਉਹਨਾਂ ਨੇ ਬਿਠਾਉਣ ਦੀ ਬਹੁਤ ਕੋਸ਼ਿਸ਼ ਕੀਤੀ। ਮੈਂ ਕਿਹਾ ਸੰਤ ਜਰਨੈਲ ਸਿੰਘ ਢਿੰਡਰਾਂ ਵਾਲੇ ਨੇ, ਮੈਂ ਕਿਹਾ ਜੀ ਤੁਸੀਂ ਤਿੰਨੇ ਜਿਹੜੀਆਂ ਮਹਾਨ ਸ਼ਖਸੀਅਤਾਂ, ਤਿੰਨੇ ਤੁਸੀਂ ਕਰੋ, ਮੈਂ ਦਰਬਾਰ ਸਾਹਿਬ ਦੀ ਪ੍ਰਕਰਮਾਂ ਚ ਫਿਰਦਾ ਹੈ। ਅੱਛਾ। ਤੇ ਮੈਂ ਥੋੜੀ ਦੇਰ ਬਾਅਦ ਤੁਹਾਡੇ ਕੋਲ ਆ ਕੇ ਦੇਖ ਗਿਆ ਕਰੂੰਗਾ, ਜਦੋਂ ਫੈਸਲਾ ਹੋ ਗਿਆ ਮੈਨੂੰ ਪਤਾ ਲੱਗ ਜੂਗਾ ਤੇ ਫਿਰ ਮੈਂ ਤੁਹਾਡੇ ਕੋਲ ਆਊ। ਫੈਸਲਾ ਤੁਹਾਡਾ ਹੋਣਾ ਚਾਹੀਦਾ, ਮੇਰਾ ਨਹੀਂ ਹੋਣਾ ਚਾਹੀਦਾ। ਓਕੇ। ਹਾਂ, ਮੈਂ ਤੁਹਾਨੂੰ ਸਲਾਹ ਜਿਹੜੀ ਤੁਸੀਂ ਮੇਰੇ ਤੋਂ ਮੰਗੀ ਸੀ ਉਹ ਸਲਾਹ ਜਿਹੜੀ ਸੀ ਮੈਂ ਤੁਹਾਨੂੰ ਦੇਤੀ। ਤੇ ਉਸ ਤੋਂ ਫਿਰ ਕੋਈ 2.5 ਘੰਟੇ ਜੀ ਉਹ ਮੀਟਿੰਗ ਕਰਦੇ ਰਹੇ। ਅੱਛਾ। ਨਹੀਂ, ਮੀਟਿੰਗ ਦੇ ਵਿੱਚ ਕੌਣ ਕੌਣ ਸਨ? ਪ੍ਰਪੋਜ਼ਲਾਂ ਵੀ ਦਿੱਤੀਆਂ ਸੀ ਮੈਨੂੰ ਆਪਣੇ ਸੁਸ਼ੀਲ ਮੁਨੀ ਨੇ, ਮੈਂ ਸਾਰੀਆਂ ਉਹਨਾਂ ਨੂੰ ਦੱਸੀਆਂ ਸੀ ਪ੍ਰਪੋਜ਼ਲਾਂ। ਜੇ ਮੈਂ ਹੁਣ ਉਹ ਦੱਸਣ ਲੱਗਾ ਤਾਂ ਉਹਦੇ ਲਈ ਮੈਨੂੰ ਘੰਟਾ ਡੇਢ ਘੰਟਾ ਚਾਹੀਦਾ। ਬਿਲਕੁਲ ਜੀ, ਉਹਦੇ ਲਈ ਮੈਂ ਤੁਹਾਡੀ ਇੰਟਰਵਿਊ ਕਰਾਂਗਾ ਵੱਖਰੀ। ਅੱਛਾ ਜੀ। ਹਾਂ, ਉਹ ਵੀ ਕੀ ਗੱਲ ਹੋਈ ਸੀ, ਕਿਵੇਂ ਹੋਈ, ਉਹ ਤੋਂ ਪਹਿਲਾਂ ਵੀ ਮੈਂ ਸੁਸ਼ੀਲ ਮੁਨੀ ਦੀ ਸੰਤ ਜੀ ਨਾਲ ਕੱਲਿਆਂ ਨਾਲ ਗੱਲਬਾਤ ਕਰਾਈ ਸੀ ਤੇ ਉਹ ਜਿਹੜੀਆਂ ਗੱਲਾਂ ਲੰਬੀਆਂ ਨੇ ਉਹ ਜੀ ਉਸ ਦਿਨ ਦੀ ਗੱਲ ਦੱਸਦਾ ਕਿ ਤੂੰ 2.5 ਘੰਟੇ ਬਾਅਦ ਉਹ ਕਹਿੰਦੇ ਆਲੂ ਜੀ ਸਰਦਾਰ ਸਾਹਿਬ ਬੈਠੋ, ਸਮਾਪਤੀ ਹੋ ਗਈ ਸਾਡੀ ਰਾਜ ਦੀ। ਤੇ ਮੈਂ ਹਾਂਜੀ, ਮੈਂ ਉੱਥੇ ਬਹਿ ਗਿਆ ਤੇ ਸੰਤ ਜਰਨੈਲ ਸਿੰਘ ਢਿੰਡਰਾਂ ਵਾਲੇ ਨੇ ਮੈਨੂੰ ਕਿਹਾ ਵੀ ਅਸੀਂ ਸ਼ਹੀਦੀ ਪਾਉਣ ਦਾ ਫੈਸਲਾ ਲੈ ਲਿਆ ਤੇ ਗੱਲਬਾਤ ਨਹੀਂ ਕਰਨੀ। ਹਾਂ, ਤੇ ਫਿਰ ਉਹ ਕਹਿਣ ਲੱਗੇ, ਮੈਂ ਅੱਛਾ ਜੀ ਫਿਰ ਮੈਂ ਵੀ ਨਾਲੇ ਸ਼ਹੀਦੀ ਪਾ ਜੂ ਇੱਥੇ ਤੇ ਉਸ ਥਾਂ ਤੇ। ਉਹ ਕਹਿੰਦੇ ਨਹੀਂ, ਤੁਸੀਂ ਦੇਖੋ ਗੱਲ ਇਹ ਹੈ ਬਈ ਇਹ ਜਿਹੜੀ ਹੈ ਬਾਹਰ ਜਿਹੜੀ ਤੁਸੀਂ ਵਕਾਲਤ ਕਰ ਰਹੇ ਹੋ, ਕਿਉਂਕਿ ਮੈਨੂੰ ਜਿਹੜਾ ਸੀ ਅਕਾਲ ਤਖ਼ਤ ਤੋਂ ਵੀ ਸਿੱਖ ਵਕੀਲਾਂ ਦਾ ਪ੍ਰਧਾਨ ਬਣਾਇਆ ਸੀ, ਫਿਰ ਖਾੜਕੂ ਜਥੇਬੰਦੀਆਂ ਨੇ ਮੈਨੂੰ ਚੇਅਰਮੈਨ ਬਣਾਇਆ ਸੀ ਉਸ ਸਮੇਂ, ਜਿਹੜਾ ਮੇਰਾ ਨਾਂ ਹੀ ਹੁੰਦਾ ਸੀ ਜਿੱਥੇ ਖਾੜਕੂ ਸਿੰਘਾਂ ਦੀ ਪੈਰਵਾਈ ਕਰਨੀ ਹੋਵੇ। ਠੀਕ ਹੈ। ਤੇ ਮੈਂ ਮੁਫ਼ਤ ਪੈਰਵਾਈ ਕਰਦਾ ਸੀ, ਉਹ ਕਹਿੰਦੇ ਵੀ ਤੁਸੀਂ ਪੈਰਵਾਈ ਕਰਨੀ ਹੈ ਤੇ ਤੁਸੀਂ ਸਦੀਆਂ ਸਦੀਆਂ ਜੀਵੋ, ਮੈਨੂੰ ਇਹ ਕਿਹਾ ਤੁਸੀਂ ਸਦੀਆਂ ਸਦੀਆਂ ਜੀਵੋ। ਤੇ ਫਿਰ ਮੈਂ ਜੀ ਤੁਸੀਂ ਸ਼ਹੀਦੀ ਦਾ ਫੈਸਲਾ ਲੈ ਲਿਆ, ਮੈਨੂੰ ਭੱਜਣ ਦਾ ਕਹਿੰਦੇ ਭੱਜ ਨਹੀਂ ਰਹੇ ਤੁਸੀਂ, ਭੱਜਣ ਦਾ ਮਤਲਬ ਨਹੀਂ ਹੈ ਕਿ ਫਿਰ ਜਦੋਂ ਮੈਂ ਨਾ ਮੰਨਿਆ ਫਿਰ 5 ਪਿਆਰੇ ਬਿਠਾ ਕੇ ਮੈਨੂੰ ਹੁਕਮਨਾਮਾ ਕਰਾਤਾ। ਅੱਛਾ। ਹਾਂ, 5 ਪਿਆਰੇ ਬਿਠਾ ਕੇ ਹੁਕਮਨਾਮਾ ਕਰਾਤਾ ਤੇ ਹੁਕਮਨਾਮੇ ਕਹਿੰਦੇ ਵੀ ਤੁਸੀਂ 1 ਘੰਟੇ ਦੇ ਅੰਦਰ ਅੰਦਰ ਦਰਬਾਰ ਸਾਹਿਬ ਪ੍ਰਕਰਮਾ ਛੱਡ ਜਾਓ ਤੇ ਬਰਨਾਲੇ ਲਈ ਚਲੇ ਜਾਓ ਜੀ। ਤੇ ਸੰਤਾਂ ਨੇ ਜਦੋਂ ਮੈਂ ਜਾਣ ਲੱਗਿਆ ਮੈਨੂੰ 2 ਵਾਰੀ ਜੱਫੀ ਪਾਈ ਹੈ। ਓਕੇ। ਸੰਤ ਪਿੰਡਰਾਂ ਵਾਲਿਆਂ ਨੇ ਮੈਂ ਕਿਹਾ ਜੀ ਹੁਣ ਤੁਸੀਂ ਤਾਂ, ਉਹ ਕਹਿੰਦੇ ਦੇਖੋ ਆਪਾਂ ਮੁੜ ਕੇ ਤਾਂ ਮਿਲਣਾ ਨੀ, ਮੇਰੇ ਖੂਨ ਦੇ ਛਿੱਟੇ ਪਛਾਣ ਲਿਓ। ਮੈਂ ਕਿਹਾ ਜੀ ਮੈਂ ਖੂਨ ਦੇ ਛਿੱਟੇ ਕਿੱਥੋਂ ਪਛਾਣ ਲੂੰਗਾ। ਤੇ ਉਹ ਕਹਿੰਦੇ ਵੀ ਗੱਲ ਇਹ ਹੈ ਬਈ ਹੁਣ ਅਸੀਂ ਤਾਂ ਸ਼ਹੀਦੀ ਪਾ ਜਾਣੀ, ਆਪਣੀ ਆਖਰੀ ਮੁਲਾਕਾਤ ਹੈ ਜੀ। ਤੇ ਮੈਂ ਕਿਹਾ ਜੀ ਫਿਰ ਚਲੋ ਜਦੋਂ ਹੁਣ ਤੁਸੀਂ ਹੁਕਮੇ ਕਰਤਾ
ਫਿਰ ਅਗਲਾ ਹੁਕਮ ਦਿਓ ਮੈਨੂੰ ਵੀ ਬਾਹਰ ਮੈਂ ਕਿਹਦੀ ਲੀਡਰਸ਼ਿਪ ਦੀ ਕਿਹਦੀ ਅਗਵਾਈ ਕਬੂਲ ਕਰਾਂ। ਤੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੇ ਮੈਨੂੰ ਕਿਹਾ ਕਿ ਬਾਬਾ ਜੋਗਿੰਦਰ ਸਿੰਘ ਇਸ ਕਰਕੇ ਨਹੀਂ ਕਿ ਉਹ ਮੇਰੇ ਪਿਤਾ ਨੇ, ਪਰੰਤੂ ਉਹ ਜਿਹੜੇ ਹੈਗੇ ਆ ਖਾਲਸਾ ਪੰਥ ਨੂੰ ਸਹੀ ਜਿਹੜੀ ਆ ਸੇਧ ਦੇ ਸਕਦੇ ਆ ਜੀ। ਤੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੇ ਮੈਨੂੰ ਕਿਹਾ ਵੀ ਬਾਬਾ ਜੋਗਿੰਦਰ ਸਿੰਘ ਨੂੰ ਤੁਸੀਂ ਮਿਲਣਾ ਤੇ ਜਿਸ ਤਰ੍ਹਾਂ ਉਹ ਹੁਕਮ ਕਰਨਗੇ ਉਹ ਹੁਕਮ ਨੂੰ ਮੰਨਣਾ। ਓਕੇ ਹਾਂ, ਮੈਂ ਜੀ ਫਿਰ ਉਸ ਪਾਸੋਂ ਜਿਹੜਾ ਸੀਗਾ ਉਸ ਪਾਸੋਂ ਨਿਕਲ ਕੇ ਜਿਹੜਾ ਮੈਂ ਬਾਹਰ ਆ ਗਿਆ, ਬਾਹਰ ਵੀ ਇਹ ਪੁਲਿਸ ਦੇ ਤੇ ਪ੍ਰਸ਼ਾਸਨ ਦੇ ਖੜੇ ਸੀ, ਉਹ ਮੈਨੂੰ ਕਹਿੰਦੇ ਇੱਕ ਵਾਰੀ ਫੇਰ ਜਾਓ ਜੀ ਤੇ ਅੱਜ ਹਮਲਾ ਹੋਣ ਦਾ ਖਤਰਾ, ਖੂਨ ਬੜਾ ਬਹੁ, ਸੰਤਾਂ ਨੂੰ ਤੁਸੀਂ ਕੀ ਕਹਿੰਦੇ ਮਨਾਓ, ਕਿਉਂਕਿ ਮੈਨੂੰ ਸਾਰੇ ਜਾਣਦੇ ਸੀ, ਸੀ ਆਰ ਪੀ ਐਫ ਵਾਲੇ ਵੀ ਦੂਜੇ ਵੀ। ਇਹ ਗੱਲ ਤੁਹਾਨੂੰ ਕੌਣ ਕਹਿ ਰਹੇ ਸੀ ਵੀ ਸੰਤਾਂ ਨੂੰ ਮਨਾਓ? ਇਹ ਮੈਨੂੰ ਜਿਹੜੇ ਸੀ ਆਰ ਪੀ ਐਫ ਦੇ ਜਿਹੜੇ ਉੱਥੇ ਸੀਗੇ ਜੀ, ਇੱਕ ਬੈਂਕ ਰਮਈਆ ਆਫੀਸਰ ਔਰ ਸਪੈਸ਼ਲ ਡਿਊਟੀ ਸੀ ਪੁਲਿਸ ਚ, ਉਹ ਬੈਂਕ ਰਮਈਆ ਨੇ ਗੱਲ ਕਹੀ ਮੈਨੂੰ। ਓਕੇ, ਇਹਦਾ ਮਤਲਬ ਕਿ ਜਿਹੜੇ ਉੱਥੇ ਤਾਇਨਾਤ ਸੀ ਉਹ ਨਹੀਂ ਸੀ ਚਾਹੁੰਦੇ ਵੀ ਦਰਬਾਰ ਸਾਹਿਬ ਤੇ ਅਟੈਕ ਹੋਵੇ? ਹਾਂ, ਕੋਈ ਨਹੀਂ ਚਾਹੁੰਦਾ ਸੀ। ਉਹ ਸਵਾਲ ਪੈਦਾ ਹੋ ਜਾਂਦਾ ਵੀ ਦਰਬਾਰ ਸਾਹਿਬ ਤੇ ਅਟੈਕ ਕਰਨ ਦਾ ਫਿਰ ਫੈਸਲਾ ਕਿਹਦਾ ਸੀ? ਇਹ ਦਰਬਾਰ ਸਾਹਿਬ ਤੇ ਅਟੈਕ ਕਰਨ ਦਾ ਫੈਸਲਾ ਇੰਦਰਾ ਗਾਂਧੀ ਦਾ ਸੀ ਜੀ, ਪ੍ਰਧਾਨ ਮੰਤਰੀ ਦਾ। ਹਾਂ, ਜਿਹੜੀ ਉਹਦੀ ਨਾਲ ਉਹਦੇ ਜਿਹੜੇ ਸੀ ਕੁਛ ਲੱਗੇ ਹੋਏ ਸੀ ਪੰਜ ਸੱਤ ਬੰਦੇ, ਉਹ ਵਿੱਚੇ ਸ਼ਾਮਿਲ ਸੀ ਧਰ ਵਰਗੇ। ਹਾਂ, ਉਹਨਾਂ ਦਾ ਫੈਸਲਾ ਸਿੱਧਾ ਫੈਸਲਾ ਸੀ, ਕਿਉਂਕਿ ਸਿੰਘਾਂ ਜਿਹੜਾ ਕਮਾਂਡਰ ਸੀ ਉਹਨੇ ਤਾਂ ਪਹਿਲਾਂ ਨਾ ਕਰਤੀ ਸੀ ਜਦੋਂ ਇੰਦਰਾ ਗਾਂਧੀ ਨੇ ਕਿਹਾ, ਤੇ ਫਿਰ ਉਹਦੀ ਕੰਪਲਸਰੀ ਰਿਟਾਇਰਮੈਂਟ ਹੋ ਗਈ ਸੀ ਜੀ, ਤੇ ਫਿਰ ਜਨਰਲ ਬੈਦਿਆ ਨੂੰ ਮਨਾਇਆ ਸੀ ਜੀ। ਹਾਂ, ਸੁੰਦਰ ਜੀ ਨੂੰ ਮਨਾਇਆ, ਤੇ ਉਹ ਮੈਨੂੰ ਸਾਰੀ ਹਿਸਟਰੀ ਦਾ ਪਤਾ ਜੀ। ਤੇ ਫਿਰ ਮੈਂ ਕਿਹਾ ਕਿ ਹੁਣ ਪੰਜ ਪਿਆਰਿਆਂ ਦਾ ਹੁਕਮ ਹੋ ਗਿਆ, ਮੈਂ ਤਾਂ ਜਾ ਨਹੀਂ ਸਕਦਾ ਜੀ। ਤੇ ਫਿਰ ਉੱਥੋਂ ਕੀ ਕਹਿੰਦੇ ਹੁੰਦੇ ਨੇ, ਮੈਂ ਬੱਸ ਫੜ ਕੇ ਉੱਥੋਂ ਮੋਗੇ ਆਇਆ, ਮੋਗੇ ਤੋਂ ਬੱਸ ਫੜ ਕੇ ਬਰਨਾਲੇ ਆਇਆ। ਜਦੋਂ ਮੈਂ ਬਰਨਾਲੇ ਆਇਆ ਉਸ ਸਮੇਂ ਰਿਕਸ਼ਾ ਸੀ, ਉਸ ਸਮੇਂ ਰਿਕਸ਼ਾ ਹੁੰਦੀ ਸੀ ਜੀ ਪੁਰਾਣੇ ਜ਼ਮਾਨੇ 'ਚ ਜੀ, ਤੇ ਰਿਕਸ਼ਾ ਤੇ ਉਹ ਸਪੀਕਰ ਲਾ ਕੇ ਉਹ ਐਲਾਨ ਕਰ ਰਹੇ ਸੀ ਕਿ ਸਾਰੇ ਪੰਜਾਬ ਭਰ ਦੇ ਵਿੱਚ ਜਿਹੜਾ ਹੈ ਉਹ ਕਰਫਿਊ ਲਾ ਦਿੱਤਾ ਗਿਆ। ਓਕੇ, ਤੇ ਹਾਂ ਕਿ ਜਿਹੜੀ ਖੇਤਾਂ ਦੀ ਪਗਡੰਡੀ ਹੈ ਉਸ ਤੇ ਵੀ ਚੱਲਣ ਦੀ ਮਨਾਹੀ ਹੈ, ਖੇਤਾਂ ਦੀ ਡੰਡੀ ਤੇ ਪਗਡੰਡੀ ਤੇ ਵੀ ਜਿਹੜਾ ਹੈਗਾ ਉਹ ਕੋਈ ਤੁਰ ਨਹੀਂ ਸਕਦਾ ਜੀ, ਤੇ ਘਰਾਂ ਤੋਂ ਬਾਹਰ ਨਹੀਂ ਆਉਣਾ, ਤੇ ਜਿਹੜਾ ਆਊਗਾ ਤੇ ਉਸਦੇ ਗੋਲੀ ਮਾਰ ਦਿੱਤੀ ਜਾਊਗੀ। ਜਦੋਂ ਮੈਂ ਪਹੁੰਚਿਆ, ਮੈਂ 6 ਵਜੇ ਪਹੁੰਚਿਆ ਸੀ, ਉਹ ਕਹਿੰਦੇ ਸੀ ਬਈ ਇਹ 8 ਵਜੇ ਤੋਂ ਹੁਕਮ ਲਾਗੂ ਹੈ ਜੀ, ਮਤਲਬ 2 ਘੰਟੇ ਰਹਿ ਗਏ ਸੀ ਜਦੋਂ ਮੈਂ ਉੱਥੇ ਉਤਰਿਆ ਬਰਨਾਲਾ ਬੱਸ ਸਟੈਂਡ ਤੇ। ਨਹੀਂ, ਤੁਹਾਨੂੰ ਜਿਹੜੀ ਕਰਫਿਊ ਦੀ ਸਾਰੀ ਜਾਣਕਾਰੀ ਹੈ ਉਹ ਬਰਨਾਲੇ ਆ ਕੇ ਪਤਾ ਲੱਗੀ ਹੈ? ਹਾਂਜੀ, ਬਰਨਾਲੇ ਰਸਤੇ 'ਚ ਨਹੀਂ, ਮੈਨੂੰ ਪਤਾ ਲੱਗਿਆ ਬਰਨਾਲੇ ਜਦੋਂ ਮੈਂ, ਕਿਉਂਕਿ ਸਾਡੇ ਜਿਹੜਾ ਘਰ ਹੈ ਨਾ ਜੀ ਉਸ ਦੇ ਨਾਲੇ ਸਾਡਾ ਘਰ ਪੁਰਾਣੇ ਬੱਸ ਸਟੈਂਡ ਦੇ ਹੈ, ਉਸ ਸਮੇਂ ਉਹ ਬੱਸ ਸਟੈਂਡ ਉਹੀ ਹੁੰਦਾ ਸੀ, ਤੇ ਉਹ ਉੱਥੇ ਬੋਲਦੇ ਫਿਰ ਰਹੇ ਸੀ ਉਹ ਰਿਕਸ਼ਾ ਤੇ ਜੀ। ਨਹੀਂ ਪਰ ਇੱਕ ਮੈਂ ਚਾਹੁੰਦਾ ਕਿ ਮੇਰੇ ਇੱਕ ਮਨ ਦੇ ਵਿੱਚ ਇੱਕ ਸਵਾਲ ਆ ਰਿਹਾ ਆ। ਹਾਂਜੀ, ਜਦੋਂ ਤੁਸੀਂ ਦਰਬਾਰ ਸਾਹਿਬ ਗਏ, ਮੰਨ ਲਓ ਤੁਹਾਨੂੰ ਜੈਨ ਮੁਨੀ ਜਾਂ ਜੈਨ ਜਿਹੜੇ ਵੀ ਹੈਗੇ ਸੀ, ਕੀ ਨਾਮ ਤੁਸੀਂ ਲਿਆ ਸੀ ਉਹਨਾਂ ਦਾ? ਸੁਸ਼ੀਲ ਮੁਨੀ ਜੀ। ਸੁਸ਼ੀਲ ਮੁਨੀ ਜੀ, ਹਨਾ, ਉਹਨਾਂ ਦਾ ਤੁਹਾਨੂੰ ਕਾਲ ਆਈ। ਹਾਂਜੀ, ਉਹ ਤੁਹਾਨੂੰ ਕਿਵੇਂ ਜਾਣਦੇ ਸੀ? ਸੁਸ਼ੀਲ ਮੁਨੀ ਤੇ ਜੀ ਮੈਨੂੰ ਬਹੁਤ ਵਾਰ ਕੀ ਕਹਿੰਦੇ ਹੁੰਦੇ ਨੇ ਬਹੁਤ ਦੇਰ ਤੋਂ ਜਾਣਦੇ ਸੀ, ਸਾਊਥ ਦਿੱਲੀ ਦੇ ਵਿੱਚ ਉਹਨਾਂ ਦਾ ਉਹ ਜਿਹੜਾ ਸੀਗਾ ਉਹ ਸੀ, ਕਿਉਂਕਿ ਜਿਹੜੇ ਖੜਕੋਂ ਦੇ ਕੇਸਾਂ ਦੀ ਮੈਂ ਪੈਰਵਾਈ ਕਰਨ ਜਾਂਦਾ ਹੁੰਦਾ ਸੀ ਤਿਹਾੜ ਜੇਲ੍ਹ 'ਚ ਵੀ। ਅੱਛਾ, ਤੇ ਤਿਹਾੜ ਜੇਲ੍ਹ ਦੇ ਵਿੱਚ ਇੱਕ ਜੋਗਿੰਦਰ ਸ਼ਰਮਾ ਉਹ ਡਿਊਟੀ ਸੁਪਰਡੈਂਟ ਸੀ ਜੀ ਤਿਹਾੜ ਜੇਲ੍ਹ ਦਾ, ਜਿੱਥੇ ਕਿ ਇਹ ਸਿੱਖ ਜਿਹੜੇ ਸੀਗੇ ਉਹਨਾਂ ਨੂੰ ਉੱਥੇ ਸਿੱਖਾਂ ਨੂੰ ਰੱਖਿਆ ਗਿਆ ਸੀ ਉਹਦੇ 'ਚ, ਤੇ ਇਸਦੇ
ਉਸੇ ਸਿਲਸਿਲੇ ਦੇ ਵਿੱਚ ਜਿਹੜਾ ਸੀ ਉਹ ਮੈਨੂੰ ਇਹਨਾਂ ਦੇ ਨਾਲ ਮੇਰੀ ਮੁਲਾਕਾਤ ਹੋ ਗਈ ਸੀ ਜੀ, ਤੇ ਸਤੀਸ਼ ਸ਼ਰਮਾ ਨੂੰ ਵੀ ਮੈਂ ਜਾਣਦਾ ਸੀ ਜਿਹੜਾ ਰਾਜੀਵ ਗਾਂਧੀ ਦਾ ਸਭ ਤੋਂ ਨੇੜੇ ਸੀ, ਲਗਭਗ ਜਿੰਨੇ ਇਹ ਲੀਡਰ ਸੀ ਸਾਰੇ ਮੇਰੀ ਜਾਣ ਪਛਾਣ ਵਾਲੇ ਸੀ ਜੀ। ਤੇ ਇੱਕ ਧਰ ਨੇ ਕਿਤਾਬ ਲਿਖੀ ਆ ਓਪਨ ਸੀਕ੍ਰੇਟ, ਧਰ ਜਿਹੜਾ ਸੀ ਉਹ ਡਿਪਟੀ ਡਾਇਰੈਕਟਰ ਸੀ ਤੇ ਰੁਦਰਾ ਕਲਿਆਣ ਜਿਹੜਾ ਸੀ ਉਹ ਡਾਇਰੈਕਟਰ ਸੀ ਇੰਡੀਅਨ ਜਿਹੜੀ ਬਿਊਰੋ ਆ ਇੰਟੈਲੀਜੈਂਸ ਬਿਊਰੋ ਆ ਇੰਡੀਆ ਦੀ ਉਸ ਸਮੇਂ ਜੀ। ਉਹਨਾਂ ਨੇ ਲਿਖਿਆ ਵੀ ਗੱਲਬਾਤ ਦੇ ਵਿੱਚ ਇਹ ਵੀ ਸ਼ਾਮਿਲ ਹੁੰਦੇ ਸੀ ਜੀ। ਧਰ ਨੇ ਕਿਤਾਬ ਲਿਖੀ ਹੈ, ਕਿਤਾਬ ਲਿਖੀ ਉਹਦੇ ਵਿੱਚ ਤੁਹਾਡਾ ਨਾਮ ਬੋਲਦਾ ਆ? ਹਾਂ ਉਹਦੇ ਵਿੱਚ ਮੇਰਾ ਨਾਮ ਆਉਂਦਾ ਜੀ, ਉਹਦੇ ਵਿੱਚ ਹੋਰਾਂ ਤੇ ਤਾਂ ਲਾਇਆ ਕੋਈ ਪੈਸੇ ਲੈ ਗਿਆ ਕੋਈ ਕੁਛ, ਮੇਰੇ ਤੇ ਨੀ ਹੈ ਕੋਈ। ਅੱਛਾ, ਤੁਹਾਡੇ ਤੋਂ ਕੋਈ ਰਾਮ ਨਹੀਂ ਗਿਆ? ਸੀ ਜਾ ਕਿ ਮੈਂ ਨੈਗੋਸ਼ੀਏਸ਼ਨ ਦੇ ਵਿੱਚ ਹੁੰਦਾ ਸੀ। ਹਾਂ ਜੇ ਇਸ ਲਈ ਮੈਂ ਸਾਰਿਆਂ ਨੂੰ ਜਾਣਦਾ ਸੀ, ਕੱਲੇ ਸੁਸ਼ੀਲ ਮੁਨੀ ਨੂੰ ਨਹੀਂ, ਤਿਹਾੜ ਜੀ ਨਹੀਂ। ਪਰ ਜਿਹੜੀ ਪ੍ਰਪੋਜ਼ਲ ਤੁਸੀਂ ਲੈ ਕੇ ਗਏ ਸੀ, ਮੰਨ ਲਓ ਤੁਹਾਡੀ ਲੰਬੀ ਮੀਟਿੰਗ ਹੋਈ, ਤੁਸੀਂ ਸਾਰੀ ਪ੍ਰਪੋਜ਼ਲ ਦੇ ਫਾਇਦੇ ਤੇ ਨੁਕਸਾਨ ਵੀ ਗਿਣਾਏ, ਹਾਂਜੀ, ਉਸ ਸਮੇਂ ਸੰਤਾਂ ਨੇ ਉਸ ਚੀਜ਼ ਨੂੰ ਮਨਾ ਕਿਉਂ ਕਰ ਦਿੱਤਾ ਵੀ ਇਹ ਜਿਹੜੀ ਪ੍ਰਪੋਜ਼ਲ ਸਾਡੇ ਲਈ ਸਹੀ ਨਹੀਂ ਹੈ? ਇਹਦਾ ਕਾਰਨ ਕੀ ਹੈ? ਉਹਨਾਂ ਨੂੰ ਕੀ ਲੱਗਦਾ ਸੀ ਵੀ ਬੈਕ ਫੁੱਟ ਤੇ ਜਾਣਾ ਜਾਂ ਬੈਕ ਸਟੈਪ ਉੱਠਣਾ ਨੁਕਸਾਨਦੇਹੀ ਹੋ ਸਕਦਾ ਆ? ਨਹੀਂ, ਸੰਤ ਜੀ ਇਹ ਕਹਿੰਦੇ ਸੀ ਕਿ ਹੁਣ ਤੱਕ ਜਿਹੜੇ ਅਕਾਲ ਤਖ਼ਤ ਤੋਂ ਆਉਂਦੇ ਰਹੇ ਨੇ ਉਹ ਆਪਦੀਆਂ ਸਹੁੰਾਂ ਤੋਂ ਮੁਕਰਦੇ ਰਹੇ ਨੇ, ਤੇ ਮੈਂ ਸਹੁੰ ਖਾਧੀ ਹੋਈ ਹੈ ਵੀ ਜਿਹੜੀ ਹੈਗੀ ਆ ਅਸੀਂ ਇੱਥੇ ਡਟ ਕੇ ਲੜਾਂਗੇ, ਅਸੀਂ ਭੱਜਣਾ ਨੀ ਨਾ ਸਰੈਂਡਰ ਕਰਨਾ ਜੀ। ਤੇ ਜੇ ਹੁਣ ਅਸੀਂ ਗੱਲਬਾਤ ਕਰਦੇ ਹਾਂ ਤੇ ਕਮਜ਼ੋਰੀ ਦੀ ਨਿਸ਼ਾਨੀ ਹੋਊ, ਇਹ ਮੇਰੀ ਕਮਜ਼ੋਰੀ ਦੀ ਨਿਸ਼ਾਨੀ ਨੀ, ਇਹ ਸਾਰੇ ਸਿੱਖ ਪੰਥ ਦੀ ਖਾਲਸਾ ਪੰਥ ਦੀ ਕਮਜ਼ੋਰੀ ਦੀ ਨਿਸ਼ਾਨੀ ਮੰਨੀ ਜਾਊ, ਤੇ ਲੋਕ ਕਹਿਣਗੇ ਕਿ ਜਿਹੜੇ ਸੀ ਸੰਤ ਪਿੰਡਰਾਂ ਵਾਲੇ ਜਿਹੜੇ ਸੀ ਸ਼ਹੀਦੀ ਪਾਉਣ ਤੋਂ ਡਰਦੇ, ਤੇ ਉਹ ਕਹਿੰਦੇ ਵੀ ਮੈਂ ਇਹ ਜਿਹੜਾ ਹੈਗਾ ਡਰਪੋਕ ਬੋਲੇ ਦਾ ਕੰਮ ਨੀ ਕਰਦਾ। ਦੇਖੋ ਉਹਨਾਂ ਦੀ ਵਿਚਾਰਧਾਰਾ ਸੀ, ਮੈਂ ਸਹਿਮਤ ਨਹੀਂ ਸੀ ਉਸ ਗੱਲ ਨਾਲ ਜੀ, ਕਿਉਂਕਿ ਜਿਹੜੀਆਂ ਪ੍ਰਪੋਜ਼ਲਾਂ ਦਿੱਤੀਆਂ ਸੀ ਉਹ ਬੜੀਆਂ ਸਾਊਂਡ ਸੀ। ਜਿੱਦੇ ਆਪਾਂ ਗੱਲ ਕਰਾਂਗੇ ਵੱਡੀ, ਮੈਂ ਤੁਹਾਨੂੰ ਦੱਸੂ ਤੁਸੀਂ ਹੈਰਾਨ ਰਹਿ ਜਾਓਗੇ ਜੀ ਬਈ ਉਹ ਕੀ ਪ੍ਰਪੋਜ਼ਲਾਂ ਸੀ। ਓਕੇ, ਪਰੰਤੂ ਸੰਤ ਜੀ ਸ਼ਹੀਦੀ ਪਾਉਣ ਤੇ ਐਨ ਪੱਕੇ ਸੀ, ਮੈਂ ਸ਼ਹੀਦੀ ਪਾ ਲੈਣੀ ਹੈ। ਇਸ ਦੇ ਲਈ ਉਹਨਾਂ ਨੇ ਕੋਈ ਇਹੋ ਜਿਹਾ ਕਦਮ ਨਹੀਂ ਉਠਾਇਆ ਜਿਹਦੇ ਨਾਲ ਉਹ ਜਿਹੜਾ ਪਿੱਛੇ ਨੂੰ ਖਿੱਚਿਆ ਜਾਵੇ। ਉਹਨਾਂ ਨੇ ਫੈਸਲਾ ਦਿੱਤਾ ਵੀ ਮੈਂ ਸ਼ਹੀਦੀ ਪਾਉਣੀ ਕਰਦੇ ਸੀ ਜੀ। ਤੁਸੀਂ ਤਿੰਨ ਨੂੰ ਗਏ ਤੇ ਤਿੰਨ ਨੂੰ ਤੁਸੀਂ ਵਾਪਸ ਆ ਗਏ ਪੂਰੀ ਗੱਲਬਾਤ ਕਰਨ ਤੋਂ ਬਾਅਦ? ਹਾਂ ਹਾਂ, ਤਿੰਨ ਨੂੰ ਜੀ, ਤਿੰਨ ਨੂੰ ਹੀ ਵਾਪਸ ਆ ਗਏ, ਤਿੰਨ ਨੂੰ ਹੀ ਹਮਲਾ ਹੋਣਾ ਸੀ। ਹਾਂ ਨਹੀਂ, ਉਹਨਾਂ ਨੇ ਕਿਹਾ ਸੀ ਅੰਮ੍ਰਿਤਸਰ ਜਿਹੜਾ ਹੈਗਾ ਉਹ ਅੰਮ੍ਰਿਤਸਰ, ਉਹਨਾਂ ਨੇ ਕਿਹਾ ਸੀ ਕਿ ਫਲਾਣੇ ਥਾਂ ਤੇ ਇੱਕ ਟੈਲੀਫੋਨ ਲੱਗਿਆ ਹੋਇਆ STD ਹੈਗੀ ਹੈ, ਉਹ ਉੱਥੋਂ ਤੁਹਾਨੂੰ ਟੈਲੀਫੋਨ ਕਰਨ ਦੇ ਦੇਣਗੇ, ਜੇ ਉਹ ਮਨਜ਼ੂਰੀ ਦਿੰਦੇ ਆ ਉੱਥੋਂ ਟੈਲੀਫੋਨ ਕਰ ਦਿਓ ਮੈਨੂੰ, ਉੱਥੇ STD ਹੈਗੀ ਹੈ ਤੇ ਨਾਲ ਦੀ ਨਾਲ ਮੈਂ ਅਵੇਲੇਬਲ ਹੋਊਂਗਾ। ਸਵਾਲ ਪੈਦਾ ਹੋ ਜਾਂਦਾ ਵੀ ਸੁਸ਼ੀਲ ਮੁਨੀ ਜੀ ਜਿਹੜੇ ਨੇ ਉਹ ਸੰਤਾਂ ਦੀ ਮਨਜ਼ੂਰੀ ਲੈਣੀ ਕੀ ਚਾਹੁੰਦੇ ਸੀ? ਕੀ ਇਹ ਇੰਦਰਾ ਗਾਂਧੀ ਦਾ, ਨਹੀਂ ਨਹੀਂ ਮੇਰੇ, ਮੈਨੂੰ ਇੱਕ ਗੱਲ ਦੱਸੋ, ਕੀ ਇਹ ਇੰਦਰਾ ਗਾਂਧੀ ਦਾ ਪਲਾਨ ਸੀ? ਜੇ ਮੰਨ ਲਓ ਹਮਲੇ ਦੀ ਜਿਹੜੀ ਇਹ ਤੁਸੀਂ ਸਾਰੀ ਦੱਸਿਆ ਵੀ ਇਹ ਪ੍ਰਪੋਜ਼ਲ ਜਿਹੜੀ ਇੰਦਰਾ ਗਾਂਧੀ ਦੀ ਸੀ ਜੀ, ਪਰ ਜਿਹੜਾ ਅੰਦਰ ਖਾਤੇ ਸਮਝੌਤਾ ਕਰ ਰਿਹਾ ਸੀ ਉਹਦੀ ਵੀ ਕਿਤੇ ਨਾ ਕਿਤੇ ਤੇ ਪਹੁੰਚ ਹੋਵੇਗੀ ਜਿਹੜਾ ਹਮਲਾ ਰੋਕ ਸਕਦਾ ਹੋਵੇ? ਨਹੀਂ ਜੀ, ਇੰਦਰਾ ਗਾਂਧੀ ਕੋਲ ਹੀ, ਇੰਦਰਾ ਗਾਂਧੀ ਕੋਲ ਹੀ ਪਹੁੰਚ ਸੀ ਨਾ ਜੀ ਸੁਸ਼ੀਲ ਮੁਨੀ ਦੀ। ਸੁਸ਼ੀਲ ਮੁਨੀ ਦੀ, ਹਾਂ ਜੇ ਇੰਦਰਾ ਗਾਂਧੀ ਕੋਲ ਪਹੁੰਚਣੀ, ਦੂਜੇ ਨੇ ਤਾਂ ਹਮਲਾ ਕੀ ਰੋਕਣਾ ਜੀ? ਆਪਾਂ ਇੰਟਰਵਿਊ ਦੇ ਵਿੱਚ ਇਹ ਦੱਸਾਂਗੇ ਵੀ ਉਹ ਸੰਤਾਂ ਕੋਲ ਅਖਵਾਉਣਾ ਕੀ ਚਾਹੁੰਦੀ ਸੀ, ਵੀ ਸੰਤਾਂ ਨੇ ਮਨਾ ਕਰ ਦਿੱਤਾ ਤੇ ਉਸ ਤੋਂ ਬਾਅਦ ਦਰਬਾਰ ਸਾਹਿਬ ਤੇ ਅਟੈਕ ਹੋ ਗਿਆ, ਇਹ ਬਿਲਕੁਲ ਆਪਾਂ ਇੰਟਰਵਿਊ ਦੇ ਵਿੱਚ ਕਰਾਂਗੇ। ਸੋ ਸਰਦਾਰ ਰਾਜਦੇਵ ਸਿੰਘ ਖਾਲਸਾ ਜੀ, ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਧੰਨਵਾਦੀਆਂ, ਜਲਦੀ ਗੱਲਬਾਤ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕੀ ਫਤਿਹ, ਬਹੁਤ ਮਿਹਰਬਾਨੀ ਸਰਦਾਰ ਸਾਹਿਬ।